ਮੈਂ ਆਪਕੇ ਨਾਲ ਗੱਲ ਕਰ ਰਿਹਾ ਹਾਂ ਅੱਜ ਤੱਕ तकरीबन ਹਫਤਾ ਹੋ ਚੱਲਿਆ ਜਦ ਤੋਂ ਇਹ ਸ਼ੁਰੂਆਤ ਹੋਈ ਸੀ ਅਤੇ ਤੁਹਾਨੂੰ ਵੀ ਤੰਗੀ ਹੋਈ ਹੈ ਜਿਸ ਤਰੀਕੇ ਨਾਲ ਅਸੀਂ ਇੱਥੇ ਕਦਮ ਚੱਕੇ ਨੇ ਉਹਦੇ ਬਾਰੇ ਮੈਂ ਤੁਹਾਨੂੰ 2 ਮਿੰਟਾਂ ਚ ਥੋੜਾ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਇਹ ਬੜੀ ਭਿਆਨਕ ਬਿਮਾਰੀਆਂ ਮੈਂ ਜਿਵੇਂ ਤੁਹਾਨੂੰ ਪਹਿਲੀ ਵਾਰ ਦੱਸਿਆ ਸੀ ਦੁਨੀਆ 'ਚ ਤੁਸੀਂ ਦੇਖੋ ਕੀ ਕੁਝ ਹੋ ਰਿਹਾ ਹੈ ਚੀਨ ਦੇ ਵਿੱਚ ਕੀ ਹੋਇਆ ਹੈ ਉਹਨ ਅਮਰੀਕਾ ਦੇ ਵਿੱਚ ਕੀ ਹੋ ਰਿਹਾ ਹੈ ਕੈਨੇਡਾ ਯੂਕੇ ਸਾਰਾ ਯੂਰਪ ਸਾਰੀ ਦੁਨੀਆ ਦਾ ਕੋਈ ਮੇਰਾ ਖਿਆਲ ਮੁਲਕ ਨਹੀਂ ਰਿਹਾ ਜਿੱਥੇ ਇਹ ਗੱਲ ਫੈਲ ਨਹੀਂ ਚੁੱਕੀ। ਉਸ ਕਰਕੇ ਸਾਨੂੰ ਕਦਮ ਚੱਕਣੇ ਪਏ ਜਿਹਦੇ ਨਾਲ ਤੁਸੀਂ ਵੀ ਕੁਟਬਾ ਮਹਿਸੂਸ ਕਰਦੇ ਹੋਣੀਓ ਘਰਾਂ 'ਚ ਬੈਠੇ ਹੋ ਬਾਹਰ ਜਾਣ ਦੀ ਤੁਹਾਨੂੰ ਇਜਾਜ਼ਤ ਨਹੀਂ ਲੇਕਿਨ ਇਹਦੀ ਲੋੜ ਸੀ ਕਿਉਂਕਿ ਜਦੋਂ ਤੁਸੀਂ ਮਿਲਦੇ ਹੋ ਜਾਂ ਬਾਹਰ ਜਾ ਕੇ ਕਿਸੇ ਨੂੰ ਉਥੋਂ ਬਿਮਾਰੀ ਤੁਹਾਨੂੰ ਲੱਗ ਜਾਂਦੀ ਹੈ। ਔਰ ਮੈਂ ਨਹੀਂ ਚਾਹਦਾ ਸੀ ਕਿ ਸਾਡਾ ਪੰਜਾਬ ਉਹ ਇਹਦਾ ਬਣੇ ਮੁਲਕ ਜਿਵੇਂ ਹੁਣ ਅੱਜ ਵਿਦੇਸ਼ਾਂ ਦੇ ਵਿੱਚ ਮੁਲਕ ਬਣੇ ਹੋਏ ਨੇ। ਤੋਂ ਇਸ ਕਰਕੇ ਅਸੀਂ ਇਹ ਪਹਿਲਾਂ ਤਾਂ ਲੌਕਡਾਊਨ ਕੀਤਾ ਇਹ ਮੋਦੀ ਸਾਹਿਬ ਨੇ ਵੀ ਕੀਤਾ ਸਾਡੇ ਪ੍ਰਾਈਮ ਮਿੰਿਸਟਰ ਸਾਹਿਬ ਨੇ ਔਰ ਅਸੀਂ ਵੀ ਔਰ ਲੌਕਡਾਊਨ ਕੀਤਾ ਔਰ ਨਾਲ ਦੀ ਨਾਲ ਅਸੀਂ ਇਹਦੇ ਤੇ ਅਸੀਂ ਕਰਫਿਊ ਵੀ ਲਾਤੀ ਕਿ ਬਿਲਕੁਲ ਇਹ ਪੱਕੀ ਤਰ੍ਹਾਂ ਇਹ ਕੀਤਾ ਜਾਵੇ ਤਾਂ ਕਿ ਗੱਲ ਨਹੀਂ ਫੈਲਣੀ ਚਾਹੀਦੀ ਹੁਣ ਸਾਡੇ 39 ਕੇਸ ਨੇ ਪੰਜਾਬ ਚ ਤਿੰਨ ਲੋਕ ਨੇ ਜਿਹੜੇ ਬਾਹਰੋਂ ਆਏ ਨੇ ਵਿਦੇਸ਼ਾਂ ਤੋਂ ਔਰ ਚੌਥਾ ਜਿਹੜਾ ਬਾਹਰ ਗਿਆ ਹੀ ਨਹੀਂ ਇੱਥੋਂ ਹੀ ਕਿਸੇ ਤੋਂ ਕਿ ਦਾ ਕੋਈ ਵਿਦੇਸ਼ ਤੋਂ ਆਇਆ ਉਹਨੂੰ ਮਿਲ ਕੇ ਇਹ ਬਿਮਾਰੀ ਉਸ ਤੋਂ ਲੱਗੀ ਹੈ। ਇਹੀ ਕੰਮ ਅਸੀਂ ਰੋਕਣਾ ਚਾਹੁੰਦੇ ਸੀ ਕਿ ਜਿਹੜੇ ਬਾਹਰੋਂ ਆਏ ਨੇ ਔਰ ਜਿਹੜੀ ਇਹ ਬਿਮਾਰੀ ਲਿਆਉਂਦੇ ਨੇ ਉਹ ਸਾਡੇ ਉਰੇ ਦੇ ਲੋਕਾਂ ਨੂੰ ਨਾ ਦੇਣ। ਉਹਨੇ ਲੱਗੀ ਹੋਈਆਂ ਅਸੀਂ ਪਤਾ ਕਰ ਰਹੇ ਆਂ। ਲੇਕਿਨ ਤੁਸੀਂ ਵੀ ਹੁਣ ਆਪਣਾ ਆਪਣਾ ਥੋੜਾ ਜਿੰਨਾ ਰਸੂਖ ਹੈ ਤੁਹਾਡਾ ਆਪਣੇ ਘਰਾਂ 'ਚ ਬੱਚਿਆਂ ਨਾਲ ਸਾਰਿਆਂ ਨਾਲ ਤੁਸੀਂ ਇਹ ਗੱਲ ਇਹ ਇਹ ਆਪਣਾ ਉਹਨਾਂ ਨਾਲ ਕਰੋ। ਉਹਨਾਂ ਨੂੰ ਸਮਝਾਓ ਕਿ ਬਾਹਰ ਜਾਣ ਦੀ ਕੋਈ ਲੋੜ ਨਹੀਂ। ਅੰਦਰ ਰਹੋ ਔਰ ਸੁਖੀ ਰਹੋ। ਤਾ ਆਪਾ ਪੰਜਾਬ ਨੂੰ ਇਸ ਕੰਮ ਤੋਂ ਬਚਾਈ ਹੈ ਔਰ ਅਸੀਂ ਮੈਨ ਨਹੀਂ ਚਾਹਦਾ ਕਿ ਇਹ ਕੇਸ ਹੋਰ ਪੰਜਾਬ ਦੇ ਵਿੱਚ ਹੋਰ ਵਧਨ ਆ ਵਾਹੀ ਰੂ ਕਰੇ ਇਹ ਕਰੇ ਸਾਡੇ ਆਪਣੇ ਸਾਡੇ ਸੂਬੇ ਦੇ ਵਿੱਚ ਨਾ ਹੋਵੇ ਲੇਕਿਨ ਜਿਸ ਤਰੀਕੇ ਨਾਲ ਇਹ ਜਾ ਰਿਹਾ ਕੰਮ ਇਹਦਾ ਮੈਨੂੰ ਮੈਨੂੰ ਲੋੜ ਸੀ ਤੁਹਾਡੇ ਨਾਲ ਗੱਲ ਕਰਨ ਦੀ ਤੋਂ ਅਸੀਂ ਜਿੱਥੇ ਤਾਈ ਸਾਡੇ ਪਹਿਲੇ 2-4 ਦਿਨ ਚ ਕੋਈ ਦੁੱਖ ਤੰਗੀ ਆਈ ਤੁਹਾਨੂੰ ਕਿਉਂਕਿ ਸਪਲਾਈ ਚੇਨ ਟੁੱਟ ਗਈ ਸੀ ਦੁੱਧ ਨਹੀਂ ਮਿਲ ਰਿਹਾ ਸੀ ਲੋਕਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ ਸੀ ਸਬਜ਼ੀਆਂ ਨਹੀਂ ਮਿਲ ਰਹੀਆਂ ਸੀ ਉਹ ਚੀਜ਼ਾਂ ਤਾਂ ਹੁਣ ਤੁਹਾਨੂੰ ਸਭ ਕੁਝ ਠੀਕ ਹੋ ਗਿਆ ਮਿਲਣ ਲੱਗ ਗਿਆ ਬੈਂਕਾਂ ਦੇ ਵੀ ਅਸੀਂ ਦਿਨ ਤੋਂ ਅੱਜ ਔਰ ਕੱਲ ਨੂੰ ਤੁਸੀਂ ਬੈਂਕਾਂ ਜਾ ਸਕਦੇ ਹੋ ਦਵਾਈ ਲੈਣ ਵਾਸਤੇ ਤੁਹਾਨੂੰ ਆਜ਼ਾਦਤ ਹੈ ਕਿ ਤੁਸੀਂ ਪੈਦਲ ਜਾ ਕੇ ਆਪਣੇ ਨੇੜੇ ਦੀ ਦੁਕਾਨ ਤੋਂ ਤੁਸੀਂ ਆਪਣੀ ਕੋਈ ਦਵਾਈ ਲੈ ਲਓ ਤਾਂ ਇਹ ਸਾਰੀਆਂ ਚੀਜ਼ਾਂ ਤਾਂ ਆਹਸਤਾ ਆਹਸਤਾ ਹੋਣੀਆਂ ਨੇ ਕਦੋਂ ਤਾਂ ਇਹ ਚੱਲੂਗਾ ਇਸ ਵੇਲੇ ਤਾਂ ਇਹ ਬਸਾਕਿਤਾ ਹੀ ਚੱਲੂ ਜੋ ਸਾਡੇ ਪ੍ਰਾਈਮ ਮਿਨਿਸਟਰ ਨੇ ਕਿਹਾ ਔਰ ਅਸੀਂ ਵੀ ਆਪਣਾ ਕਰਫਿਊ ਬਸਾਕਿਤਾ ਹੀ ਰੱਖ ਰਹੇ ਹਾਂ ਲੇਕਿਨ ਬਾਕੀ ਵਾਇਰਸ ਦੇ ਹੱਥ ਹੈ ਇੱਕ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਉਹਨਾਂ ਮੇਰੇ ਵੀਰ ਜਿਹੜੇ ਬਾਹਰੋਂ ਆਏ ਨੇ ਬਾਹਰੋਂ ਸੂਬਾ ਤੇ ਆਏ ਨੇ ਬਿਹਾਰੋਂ ਆਇਆ ਕੋਈ Jharkhand ਤੋਂ ਆਇਆ ਕੋਈ Chhattisgarh ਤੋਂ ਆਇਆ ਜੋ ਇੱਥੇ ਫੈਕਟਰੀਆਂ ਚ ਔਰ ਹੋਰ ਕੰਮਕਾਰਾਂ ਦੇ ਵਿੱਚ ਲੱਗੇ ਹੋਏ ਨੇ ਪੱਠਿਆਂ ਦੇ ਵਿੱਚ ਲੱਗੇ ਹੋਏ ਨੇ ਤੁਸੀਂ ਮੇਰੇ ਵੀਰੋ ਤੁਸੀਂ ਵਾਪਸ ਨਾ ਜਾਓ ਇਹ ਤੁਹਾਡਾ ਘਰ ਹੈ ਪੰਜਾਬ ਅਸੀਂ ਥੋੜਾ ਧਿਆਨ ਰੱਖਾਂਗੇ ਅਸੀਂ ਰੋਟੀ ਵੀ ਦੇਵਾਂਗੇ ਤੁਹਾਨੂੰ ਰਹਿਣ ਦਾ ਵੀ ਪ੍ਰਬੰਧ ਕਰਾਂਗੇ ਔਰ ਅਸੀਂ ਤੁਹਾਡੀ ਪੂਰੀ ਦੇਖਭਾਲ ਕਰਾਂਗੇ ਜਿਵੇਂ ਅਸੀਂ ਆਪਣੇ ਬੰਦਿਆਂ ਦੀ ਕਰਦੇ ਆ ਤੁਸੀਂ ਵੀ ਸਾਡੇ ਬੰਦੇ ਹੋ ਜਿਹੜੇ ਤੁਸੀਂ ਸਾਡੇ ਵਾਸਤੇ ਕੰਮ ਕਰਦੇ ਹੋ ਸਾਡੇ ਫੈਕਟਰੀਆਂ ਦੇ ਵਿੱਚ ਸਾਡੀ ਇੰਡਸਟਰੀ ਦੇ ਹੋਰ ਛੋਟਿਆਂ ਵਿੱਚ ਸਾਡੇ ਪੱਠਿਆਂ ਵਿੱਚ ਇਹ ਤੁਹਾਡਾ ਵੀ ਇਹ ਇਹੀ ਸੁਭਾ ਹੈ ਔਰ ਤੁਸੀਂ ਉਸ ਸੁਭੇ ਵਾਸਤੇ ਕੰਮ ਕਰ ਰਹੇ ਹੋ ਤਾਂ ਤੁਸੀਂ ਰੋਹੋ ਰੋਹ ਉਰੇ ਇਹ ਬਿਮਾਰੀ ਹੈ ਇਹਨੇ ਨੰਗ ਜਾਣਾ ਉਸ ਤੋਂ ਬਾਅਦ ਤੁਸੀਂ ਜਿੱਥੇ ਤੁਹਾਡੀ ਆਪਣੀ ਰੋਜ਼ੀ ਕਮਾਉਂਦੇ ਸੀ ਤੁਸੀਂ ਉਹ ਫੈਕਟਰੀਆਂ ਫੇਰ ਲੱਗੋ ਹੁਣ ਤਾਂ ਹੀ ਫੈਕਟਰੀ ਵਾਲਿਆਂ ਨੂੰ ਵੀ ਮਹਿਕਨ ਹੈ ਕਿ ਤੁਸੀਂ ਆਪਣੀ ਲੇਬਰ ਨੂੰ ਸਮਾਰ ਕੇ ਰੱਖੋ ਰੋਟੀ ਦਿਓ ਰਹਿਸ਼ ਦਿਓ ਔਰ ਉਹਨਾਂ ਦੇ ਜਿੱਥੇ ਤੁਸੀਂ ਚਕਾਣਾ ਚਾਹੁੰਦੇ ਹੋ ਆਪਣਾ ਕੰਮ ਆਪਣਾ ਕੰਮ ਕਰੋ ਲੇਕਿਨ ਉਹਨਾਂ ਨੂੰ ਬਾਹਰ ਨਾ ਜਾਣ ਦਿਓ ਔਰ ਇੱਕ ਦੂਜੇ ਦੇ ਨੇੜੇ ਨਾ ਆਉਣ ਦਿਓ 2 ਗੱਜ ਦਾ ਜਿਹੜਾ ਫਾਸਲਾ ਹੈ ਉਹ ਰੱਖੋ ਤਾਂ ਕਿ ਇੱਕ ਦੂਜੇ ਤੋਂ ਥੋੜਾ ਦੂਰ ਰਹਿਣ ਇਹ ਡਾਕਟਰਾਂ ਦਾ ਕੰਮ ਹੈ ਨਹੀਂ ਕਿ ਸਾਰਿਆਂ ਨੂੰ ਹੋਇਆ ਹੋਇਆ ਹੈ ਲੇਕਿਨ ਜਿਹੜਾ ਆਪਾਂ ਪ੍ਰਬੰਧ ਕਰ ਸਕਦੇ ਆ ਉਹ ਸਾਡੀ ਡਿਊਟੀ ਬਣਦੀ ਆ ਉਹ ਕਰੀਏ ਆਪਾਂ ਤੋ ਉਹ ਕਰੋ ਔਰ ਤੁਸੀਂ ਉਹਨਾਂ ਨੂੰ ਜਦ ਤੁਸੀਂ ਉਹ ਤੁਹਾਡੇ ਵਾਸਤੇ ਕੰਮ ਕਰਨਗੇ ਦਿਹਾੜੀ ਵੀ ਤੁਸੀਂ ਦੇਉਗੇ ਉਹਨਾਂ ਨੂੰ ਸੋ ਇਹ ਸਾਰੀਆਂ ਚੀਜ਼ਾਂ ਅਸੀਂ ਇੱਕ ਰਲ ਮਿਲ ਕੇ ਆਪਾਂ ਨੂੰ ਇੱਕ ਪਰਿਵਾਰ ਸਾਂਝ ਸਮਝ ਕੇ ਇਹ ਸਾਨੂੰ ਕਰਨੀ ਚਾਹੀਦੀ ਹੈ ਤਾਂ ਆਪ ਜੋ ਦੇਤੇ ਜਾ ਰਹੇ ਨੇ ਜੋ ਮੈਂ ਦੇਖਿਆ ਸੀ ਕੱਲ ਪੰਜਾਬ ਤੋਂ ਤਾਂ ਨਹੀਂ ਕੋਈ ਲੋਕ ਜਿਆਦਾ ਦੇਖਿਆ ਜੋ ਮੈਂ ਕੱਲ ਦੇਖਿਆ ਸੀ ਦਿੱਲੀੋਂ ਜਾਣਾ ਬੜੇ ਲੰਬੇਆ ਲਾਈਨਾਂ ਜਾ ਰਹੇ ਸੀ ਯੂਪ ਵਾਲੇ ਉਧਰ ਬਿਹਾਰ ਵਾਲ ਉਹ ਸਾਡੇ ਨਹੀਂ ਹੋਇਆ ਔਰ ਅਸੀਂ ਚਾਹੁੰਦੇ ਵੀ ਨਹੀਂ ਕਿਉਂਕਿ ਤੁਹਾਨੂੰ ਅਸੀਂ ਆਪਣਾ ਸਮਝਦੇ ਹਾਂ ਔਰ ਮੈਂ ਚਾਹਨਾ ਹੈ ਕਿ ਤੁਸੀਂ ਸਾਡੇ ਕੋਲ ਹੀ ਰਹੋ ਔਰ ਅਸੀਂ ਸਾਡੇ ਨਾਲ ਰੜ ਕੇ ਆਪਾਂ ਇਸ ਪੰਜਾਬ ਨੂੰ ਤਗੜਾ ਕਰੀਏ ਔਰ ਇਸ ਬਿਮਾਰੀ ਨੂੰ ਦੂਰ ਰੱਖੀਏ ਅੱਜ ਮੈਂ ਆਪਣੇ ਸੀਨੀਅਰ ਸਾਡੇ ਮੇਰੇ ਸਾਥੀਆਂ ਨਾਲ ਕੈਬਨਿਟ ਦੇ ਸਾਥੀਆਂ ਨਾਲ ਔਰ ਸੀਨੀਅਰ ਅਫਸਰਾਂ ਨਾਲ ਸਾਰੀ ਗੱਲਬਾਤ ਕੀਤੀ ਹੈ ਔਰ ਦੇਖ ਇੱਕ جائزہ ਲੈਂਦਾ ਸੀ ਕਿ ਅਸੀਂ ਕਿੱਥੇ ਖੜੇ ਆਏ ਤੇ ਤਾਂ ਹਸਪਤਾਲ ਦਾ ਔਰ ਹੋਰ ਇਹ ਜੀ ਚੀਜ਼ਾਂ ਦੀ ਦਵਾਈਆਂ ਵਗੈਰਾ ਦੀ ਹੈ ਪੂਰਾ ਪ੍ਰਬੰਧ ਪੰਜਾਬ ਦੇ ਵਿੱਚ ਕੀਤਾ ਹੋਇਆ ਸੀ ਕੋਈ ਜਿੱਥੇ ਕੋਈ ਵਿਵਾਰ ਹੁੰਦਾ ਹੈ ਉਹਦੇ ਵਾਸਤੇ ਪੂਰਾ ਪ੍ਰਬੰਧ ਹੈ ਤੋ ਇਹ ਇਹ ਫਿਕਰ ਨਾ ਤੁਸੀਂ ਕੋਈ ਕਰੋ ਕਿ ਇੱਥੇ ਕੋਈ ਪ੍ਰਬੰਧ ਨਹੀਂ ਹੈ ਹਰ ਪੱਖੋਂ ਅਸੀਂ ਤਿਆਰ ਹਾਂ ਇਸ ਤੇ ਔਰ ਇਹ ਵੀ ਲੇਖੋ ਮੈਂ ਤੁਸੀਂ ਜਿਹੜੇ ਸਾਡੇ ਪੁਲਿਸ ਦੇ ਸਾਰੇ ਸਾਡੇ ਮੁਲਾਜ਼ਮ ਨੇ ਉਹਨਾਂ ਨੇ ਆਪਣੇ ਵੱਲੋਂ ਇਹ ਪੈਸੇ ਇਕੱਠੇ ਕਰਕੇ ਅੱਜ ਗਰੀਬ ਜਨਤਾ ਨੂੰ 8 ਲੱਖ ਪੈਕੇਟ ਭੇਜ ਦਿੱਤੇ ਨੇ ਤਾਂ ਕਿ ਉਹਨਾਂ ਦੀ ਰੋਟੀ ਵਾਸਤੇ ਜਿੱਥੇ ਸਤੋ ਕੋਈ ਬਾਹਰ ਜਾਣ ਵਾਲਾ ਸੀ ਕੋਈ ਇੱਥੇ ਕੰਮ ਕਰਨ ਵਾਲਾ ਸੀ ਪਰ ਗਰੀਬ ਸੀ ਉਹਦੇ ਕੋਲ ਕੋਈ ਦਿਹਾੜੀ ਨਹੀਂ ਸੀ ਉਹਨਾਂ ਵਾਸਤੇ ਇਹ ਕੰਮ ਕੀਤਾ ਸਰਕਾਰ ਤਾਂ ਸਿਕਰ ਹੀ ਰਹੀ ਹੈ ਲੇਕਿਨ ਇਹ ਜਿਹੜੇ ਸੇ ਆਪਣੇ ਪੁਲਿਸ ਵਾਲੇ ਮੈਂ ਪੁਲਿਸ ਵਾਲਿਆਂ ਦੀ ਬੜੀ ਤਨਵਾਦੀ ਹੈ ਜੋ ਇਹਨਾਂ ਨੇ ਆਪਣੇ ਇਸ ਕੰਮ ਇਹ ਕੰਮ ਆਪਣੇ ਮੋਢਿਆਂ ਤੇ ਪਾ ਚੱਕ ਕੇ ਇਹਨਾਂ ਨੇ ਇਹ ਪਾਰ ਕੀਤੇ ਐਵਿਡੈਂਸ ਲੇਕਿਨ ਇਹਦੇ ਨਾਲ ਤੁਸੀਂ ਵੀ ਹੁਣ ਇੱਕ ਗਾਂ ਸੰਜੁਰੂ ਅਸੀਂ ਤੁਹਾਨੂੰ ਆਪਣਾ ਸੰਦੇਸ਼ ਔਰ ਅਸੀਂ ਤੁਹਾਡਾ ਹਰ ਪੱਖੋਂ ਪਿਆਰ ਰੱਖਾਂਗੇ ਮੈਂ ਅੱਜ ਹੀ ਸਮਾਂ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਲਿਖੀ ਸੀ ਕਿ ਤੁਸੀਂ ਜਿਹੜਾ ਅੱਜ ਤੁਸੀਂ 5 ਕਿਲੋ ਐਕਸਟਰਾ ਪੀਡੀਐਫ ਦੇ ਵਿੱਚ ਆਟਾ ਦੇ ਰਹੇ ਹੈ ਜਾਂ ਕਣਕ ਦੇ ਰਹੇ ਹੈ ਉਹ ਸਾਨੂੰ ਜਿਹੜੇ ਮਾਈਗ੍ਰੈਂਟ ਲੇਬਰ ਹੈ ਜਿਹੜੇ ਤੁਸੀਂ ਉਹ ਜੋ ਅੱਜ ਆਪਣੇ ਬਿਹਾਰ ਵਗੈਰਾ ਜਾਣਾ ਚਾਹੁੰਦੇ ਹੋ ਤੁਹਾਨੂੰ ਵੀ ਇਹ ਦਿੱਤੀ ਜਾਵੇ ਔਰ ਮੈਂ ਆਸ ਕਰਦਾ ਕਿ ਪ੍ਰਧਾਨ ਮੰਤਰੀ ਜੀ ਸਾਨੂੰ ਮਜ਼ਾਜ਼ ਦੇਣਗੇ ਔਰ ਤੁਹਾਨੂੰ ਵੀ ਅਸੀਂ ਰਾਸ਼ਨਾਂ ਦੇ ਬੰਡਲ ਬਣਾ ਕੇ ਸਰਕਾਰੀ ਤੌਰ ਤੇ ਦੇਵਾਂਗੇ